ਇੱਥੇ ਬੜਾ ਜ਼ਿਆਦਾ ਟੁਰਨਾ ਪੈਣਾ ਜਨਾਬ ਇੱਕ ਗੇਟਾ ਜਨਾਬ ਸੰਗੀ ਥੋੜ੍ਹਾ ਥੋੜ੍ਹਾ ਵਿਊ ਦੱਸਣਾ ਪਈ ਏਅਰਪੋਰਟ ਨੂੰ ਤੱਕੋ ਕਿੰਨੀ ਬੜੀ ਸਕਰੀਨ ਲੱਗੀ ਹੈ ਜਨਾਬ ਜਨਾਬ ਤੱਕੋ ਜਾ ਰਹੀਆਂ ਜਹਾਜ਼ ਨੇ ਅੰਦਰ ਇਹ ਤੱਕੋ ਜੀ ਜਨਾਬ ਬੀਰਾ ਬੈਠ ਅਸਲਾਮੁਅਲੈਕੁਮ ਜੀ ਉਮੀਦ ਹੈ ਸਾਰੇ ਪੈਮਰਾ ਠੀਕ ਹੋ ਸੋ ਜੀ ਮਾਲ ਹੋ ਸੋ ਕੈਰੀਅਰ ਵਾਲ ਹੋ ਸੋ ਮੈਂ ਆਸਮ ਹੁਸੈਨ ਤੁਸੀਂ ਤੱਕੀ ਜੀ ਜਨਾਬ ਦੇਸੀ ਕਸ਼ਮੀਰੀ ਤਾਂ ਜਨਾਬ ਆ ਤੱਕੀ ਸਕਦੇ ਹੋ ਅੱਜ ਜਾ ਰਹੇ ਹਾਂ ਵਾਪਸ ਇੰਗਲੈਂਡ ਇਹ ਤਾਂ ਬੜੀ ਪਰੇਸ਼ਾਨੀ ਨਹੀਂ ਹੋ ਮੁਕਾਮ ਹੈ ਜਿਹੜਾ ਵਾਪਸੀ ਦੀ ਤਿਆਰੀ ਹੋਣੀ ਹੈ ਬੰਦਾ ਬੜਾ ਪਰੇਸ਼ਾਨ ਹੋਈ ਜਾਣਾ ਤਾਂ ਜਨਾਬ ਪੈਕਿੰਗ ਕਰਨੇ ਉਹ ਲੱਗੇ ਹੋਏ ਸਮਾਨ ਸਮਾਨ ਤੈਅ ਕਰਨੇ ਆ ਜਾਂ ਬਕਸੇ ਸ਼ਕਸੇ ਅਸਾਨੇ ਹੋਏ ਤਾਂ ਬਿਲਕੁਲ ਪੈਕ ਤਾਂ ਹੁਣ ਇਨਸ਼ਾਅੱਲਾ ਨਿਕਲਨੇ ਆ ਥੋੜ੍ਹੇ ਜਿਹੜਾ ਜੀਆਂ ਅਸਾਨੇ ਸੁਬਾਹ ਫਲੈਟ ਹੈ ਜਨਾਬ ਤੁਰਕੀ ਜਾਣਾ ਹੋਇਆ ਤੁਰਕੀ ਤੋਂ ਮੁੜਦਾ ਮਾਨਚੈਸਟਰ ਜਾਈਦੇ ਆ ਤਕਰੀਬਨ ਸਮਾਨ ਕਾਫੀ ਹੈਗਾ ਤੁਸੀਂ ਪਤਾ ਲੱਗ ਸਾਨੂੰ ਬੰਦਾ ਜਾਏ ਕੋਈ ਨਾ ਕੋਈ ਸਮਾਨ ਅੱਗੋ ਪਿੱਛੋਂ ਵੀ ਦੋਸਤ ਭੈਣ ਭਰਾ ਦੇ ਜਾਣੇ ਨੇ ਤਾਂ ਬਕਸੇ ਅਸਾਂ ਪੈਕ ਸ਼ੈਕ ਕਰੀ ਵੀ ਆ ਤਾਂ ਹੁਣ ਇੱਥੋਂ ਤਕਰੀਬਨ ਥੋੜ੍ਹੀ ਜਿਹਾ ਜਿਹਾ ਅਸਾਂ ਨਿਕਲ ਸਾਂ ਤਿਆਰੀ ਕਰਨੇ ਆ ਪੈ ਲੱਗੇ ਇਹ ਜੇ ਹੁਣ ਟੈਨਸ਼ਨ ਲੱਗੀ ਆ ਕਿ ਸਮਾਨ ਜ਼ਿਆਦਾ ਨਾ ਹੋ ਜਾਏ ਕੋਈ ਕੱਟ ਹੀ ਜਾਏ ਕੋਈ ਮਸਲਾ ਨਾ ਹੋ ਜਾਏ ਇਸ ਨੂੰ ਆਰਾਮ ਸਕੂਨ ਨਾਲ ਪੈਕਿੰਗ ਸ਼ੈਕਿੰਗ ਸਾਰੀ ਕਰਨੇ ਆ ਤਾਂ ਫਿਰ ਤੁਹਾਨੂੰ ਮਿਲਨੇ ਆ ਕੋਈ ਇਹ ਤਾਂ ਕੋਈ ਜੀ ਜਨਾਬ ਵੀਰਾ ਬੈਠੀ ਹੈ ਨੀਂਦਰ ਚੜੀ ਆ ਵੀਰਾ ਕੀ ਕਿਉਂਕਿ ਸਫ਼ਰ ਤੁਸੀਂ ਪਤਾ 3 ਘੰਟੇ ਲੱਗੇ ਜਾਣੇ ਨੇ ਮੇਰੇ ਪਰ ਆਜ਼ਾਦ ਕਸ਼ਮੀਰ ਤੋਂ ਅੱਛਾ ਜੀ ਇੱਥੇ ਸੌਣ ਜੀ ਸਾਨੂੰ ਤੁਸੀਂ ਪਤਾ ਹੋਇਆ ਪਹੁੰਚੇ ਹੋਏ ਹਾਂ ਏਅਰਪੋਰਟ ਨੇ ਅੰਦਰ ਹਾਂਜੀ ਇਸਲਾਮਾਬਾਦ ਇੰਟਰਨੈਸ਼ਨਲ ਏਅਰਪੋਰਟ ਨੇ ਔਰ ਵੀਰਾ ਰੋਣ ਵੀ ਹੈ ਜਨਾਬ ਤੱਕ ਹੀ ਸੁਣੇ ਹੋ ਜੀ ਏਅਰਪੋਰਟ ਪਹੁੰਚੇ ਹੋਏ ਇਸਲਾਮਾਬਾਦ ਇੰਟਰਨੈਸ਼ਨਲ ਏਅਰਪੋਰਟ ਹੈ ਮਸੇ ਕਲੀਅਰ ਹੋਇਆ ਸਮਾਨ ਸਮਾਨ ਸਾਰਾ ਕੁਝ ਹੁਣ ਅੰਦਰ ਆਏ ਔਰ ਪਿੱਛਾ ਤੁਸੀਂ ਤੱਕ ਹੀ ਸੁਣੇ ਹੋ ਆਵਾਮ ਜਾਣ ਲੱਗੀ ਹੈ ਦੌੜੋ ਦੌੜ ਲੱਗੀ ਹੈ ਅਸਾਂ ਜ਼ਿਆਦਾ ਜਾਂ ਕਾਫੀ ਟਾਈਮ ਹੈ 2 ਘੰਟੇ ਰਹਿ ਗਏ ਅੱਜ ਇਤਨਾ ਮਸਲਾ ਨਹੀਂ ਬਣਦਾ ਏਅਰਪੋਰਟ ਬੜੇ ਈਜ਼ੀਲੀ ਅਸਾਂ ਸਮਾਨ ਸਿਕਿਉਰਟੀ ਸਾਰਾ ਕੁਝ ਕਲੀਅਰ ਕਰੀ ਆਏ ਹਾਂ ਤੁਸਾਂ ਕਿ ਜ਼ਰਾ ਤਾਂ ਸੁਣਿਆ ਵਿਊ ਇਸਲਾਮਾਬਾਦ ਇੰਟਰਨੈਸ਼ਨਲ ਏਅਰਪੋਰਟ ਨਾਲ ਜਨਾਬ ਜਨਾਬ ਦੇਖੋ ਜਾ ਰਹੀਆਂ ਜਹਾਜ਼ ਨੇ ਅੰਦਰ ਜਨਾਬ ਗੇਟ ਲੱਗੀ ਗਿਆ ਅਸਾਂ ਦੇਖੋ ਬੰਦੇ ਅੰਦਰ ਜਹਾਜ਼ਾਂ ਨੇ ਜਾਣੇ ਨੇ ਲੱਗੇ ਹੋਏ ਅਸਾਂ ਵੇਟ ਕਰਨੇ ਹਾਂ ਬਹੁਤ ਵਿਊ ਦੇਖੋ ਤੁਰਕਿਸ਼ ਏਅਰ ਨੇ ਜਹਾਜ਼ ਖੜ੍ਹਦੇ ਆਏ ਅੱਜ ਤਾਂ ਟਾਈਮ ਪਰ ਚੀਜ਼ ਚੱਲਦੇ ਨੇ ਅੰਦਰ ਬਾਹਰ ਲੈਣ ਕੇ ਲੱਗੇ ਹੋਏ ਤਕਰੀਬਨ 6 ਘੰਟੇ ਦਾ ਸਫ਼ਰ ਹੈ ਅਸਾਂ ਇਸਤੰਬੋਲ ਪਹੁੰਚਣੇ ਹਾਂ ਅਤੇ ਫਿਰ ਉੱਥੇ ਥੋੜ੍ਹੀ ਜਿਹਾ ਫਿਰ ਤੁਸੀਂ ਇੱਕ ਵਾਰ ਫਿਰ ਮਿਲਣੇ ਕਿਉਂ ਜੀ ਤੱਕ ਹੀ ਸਕਦੇ ਹਾਂ ਅਸਾਂ ਇਸਤੰਬੋਲ ਪਹੁੰਚੇ ਹਾਂ ਜੀ ਜਨਾਬ ਤੁਰਕੀ ਏਅਰਪੋਰਟ ਉੱਪਰ ਤਾਂ ਟਾਈਮ ਪਰ ਜਹਾਜ਼ ਆਇਆ ਇਹ ਹੁਣ ਜਾਣ ਲੱਗੇ ਹਾਂ ਦੂਈ ਜਗ੍ਹਾ ਫਲੈਟ ਆਪਣੀ ਚੇਂਜ ਪੁਣਨੀ ਹੈ ਜੀ ਤੁਰਕਿਸ਼ ਏਅਰਲਾਈਨ ਨੇ ਆਹੀ ਜੋ ਜੁੜਨੇ ਹਾਂ ਤੁਸਾਂ ਜ਼ਰਾ ਵਿਊ ਵੀ ਦੱਸਣੇ ਏਅਰਪੋਰਟ ਨੂੰ ਇਹ ਜਨਾਬ ਤੱਕ ਹੀ ਸਕਦੇ ਹਾਂ ਏਅਰਪੋਰਟ ਨੇ ਅੰਦਰ ਜਾਣ ਲੱਗੇ ਹਾਂ ਟਰਾਂਸਪੋਰਟ ਵਾਲੀ ਸਾਈਡ ਜੀ ਜਨਾਬ ਆਈ ਗਏ ਹਾਂ ਥੱਲੇ ਜਹਾਜ਼ ਸਣਾ ਜਾਸੀ ਤਕਰੀਬਨ 1:50 ਇਹ ਹੁਣ ਬੁਣ ਖਲਤੇ ਹਾਂ ਜਰਾ ਫਰੈਸ਼ ਹੋਈ ਜਾਂ ਇੱਥੋਂ ਆਤਮ ਧੋਈ ਨਾ ਫਿਰ ਇਨਸ਼ਾਅੱਲਾ ਗੇਟ ਲੱਗਸੀ ਜਾਏ ਕਾਫੀ ਟਾਈਮ ਹੈ ਤਕਰੀਬਨ 1.5-2 ਘੰਟੇ ਹੈ ਆਈ ਜੋ ਤੁਸੀਂ ਜਰਾ ਏਅਰਪੋਰਟ ਦਾ ਸੁਣਿਆ ਅੱਗੇ ਪਿੱਛੇ ਹੈਂ ਹਾਂ ਵੀਰਾ ਤੱਕੋ ਕਿੰਨੀ ਬੜੀ ਸਕਰੀਨ ਲੱਗੀ ਹੈ ਜਨਾਬ ਤੁਸੀਂ ਆਪਣੇ ਜਹਾਜ਼ ਸ਼ਾਹ ਤੱਕੋ ਕਿਹੜੇ ਟਾਈਮ ਕਿਹੜੀ ਫਲੈਟ ਜਾਣੀ ਹੈ ਉੱਪਰ ਆਈ ਗਏ ਹਾਂ ਜਨਾਬ ਇੰਟਰਨੈਸ਼ਨਲ ਟਰਾਂਸਪੋਰਟ ਉੱਪਰ ਤੱਕੋ ਉੱਪਰ ਕਿਤਨੀ ਆਵਾਮ ਹੈ ਤੁਸੀਂ ਨਜ਼ਾਰਾ ਦੱਸਣੇ ਪਏ ਲੱਗੇ ਹੋਏ
ਸ਼ਾਪਿੰਗ ਸੈਂਟਰ ਖਾਣੇ ਪੀ ਲੈਣੀ ਆ ਚੀਜ਼ਾਂ ਚੰਗਾ ਬੜਾ ਸ਼ਾਪਿੰਗ ਸੈਂਟਰ ਹੈ ਜਨਾਬ ਪਤਾ ਲੱਗਣਾ ਕੁਛ ਹੈ ਬਾਹਰ ਸ਼ਾਪਿੰਗ ਸੈਂਟਰ ਹੀ ਫਿਰਨੇ ਆ ਪੇ ਲੱਗੇ ਜਨਾਬ ਤੁਸੀਂ ਥੋੜ੍ਹਾ ਥੋੜ੍ਹਾ ਵਿਊ ਦੱਸਣੇ ਆ ਵੀ ਏਅਰਪੋਰਟ ਨਾਲ ਲੱਗੇ ਕਿਤਨਾ ਸੋਹਣਾ ਮਾਸ਼ਾਅੱਲਾ ਏਅਰਪੋਰਟ ਬਣਤੇ ਆ ਚੰਗਾ ਸੋਹਣਾ ਡੋਕੋਰੇਟ ਕੀਤੇ ਹਨ ਸਾਰਾ ਕੁਝ ਜਨਾਬ ਮੈਂ ਚੁੱਲੇ ਹਾਂ ਅਸਾਂ ਡੀ ਵਾਲੇ ਪਾਸੇ ਗੇਟ ਜਿੱਦਣ ਲੱਗੇ ਅਸਾਂ D9 ਨੰਬਰ ਇੱਥੇ ਬੜਾ ਜ਼ਿਆਦਾ ਟੁਰਨਾ ਪੈਣਾ ਜਨਾਬ ਵੀ ਕੋਈ ਗੱਡਾ ਦੂਏ ਗੱਡਾ ਦੀਆਂ ਜਾਣਦੀਆਂ ਬੜਾ ਸਫ਼ਰ ਹੋਈ ਜਾਣਾ ਨਾਲ ਅਗਰ ਬੱਚੇ ਹੋਣ ਨਿੱਕੇ ਹੋਣ ਤਾਂ ਬੰਦਾ ਬੜਾ ਤੰਗ ਹੋਣਾ ਜਨਾਬ ਹੁਣ ਅਸਾਂ ਜਾਣ ਲੱਗੇ ਹਾਂ ਆਪਣੇ ਗੱਡਾ ਵਾਲੇ ਪਾਸੇ ਅਜੇ ਤੱਕਿਆ ਹੋਇਆ ਅਜੇ ਤਾਂ ਕਾਫੀ ਸਫ਼ਰ ਹੈ ਕੋਈ 10 ਮਿੰਟ ਹੋਰ ਲੱਗਣ ਅਸੀਂ ਗੇਟਾਂ ਤੱਕ ਪਹੁੰਚਣ ਵਾਸਤੇ ਤੱਕੀ ਸਕਦੇ ਜਨਾਬ ਆਵਾਮ ਦੱਬੋ ਦੱਬ ਜਾਣ ਲੱਗੀ ਆ ਆਪਣੇ ਗੇਟਾਂ ਵਾਲੇ ਪਾਸੇ ਜਨਾਬ ਤੱਕ ਕਿਸਮ ਨੇ ਰੋਜ਼ਾ ਰੱਖਿਆ ਇਫਤਾਰੀ ਵਾਸਤੇ ਸਮਾਨ ਦੇਈ ਗਏ ਉਹਨੂੰ ਖੋਲਣ ਲੱਗੀਆਂ ਰੋਜ਼ਾ ਇਸ ਨਾਲ ਬਾਕੀ ਬੰਦੇ ਪਹਿਲੇ ਖਾਈ ਰਹੇ ਸੀ ਕਿਉਂਕਿ ਅਸਾਂ ਰੋਜ਼ਾ ਰੱਖਿਆ ਸੀ ਇਸ ਵਜ੍ਹਾ ਤੋਂ ਹੁਣ ਕਿੰਨਾ ਜਨਾਬ ਤੋਂ ਕੋਈ ਸਮਾਨ ਸਮਾਨ ਚਾਹੀਦਾ ਅਸਾਂ ਸਾਰਾ ਕੁਝ ਆਈ ਗਿਆ ਦੇਖੋ ਅਬੀਰਾ ਵੀ ਹੈ ਬੈਠੀ ਹੈ ਰੈਡੀ ਅਪਰ ਜਨਾਬ ਅਬੀਰਾ ਇੰਗਲੈਂਡ ਪਹੁੰਚੀ ਆਈ ਹੈ ਜਨਾਬ ਫਾਈਨਲੀ ਅਸਾਂ ਜਿਹੜਾ ਤੁਸੀਂ ਬਾਇਆ ਹੋਇਆ ਅੱਗੇ ਅਸਾਂ ਪਹੁੰਚੇ ਹਾਂ ਇੱਥੇ ਮੈਨਚੈਸਟਰ ਏਅਰਪੋਰਟ ਹੁਣ ਜੁਲਨੇ ਹਾਂ ਬ੍ਰੈਡਫੋਰਡ ਜਨਾਬ ਬਾਹਰ ਪਾਈ ਹੋਰ ਆਈ ਗਏ ਆਈ ਜੁਲਨੇ ਹਾਂ ਗੱਡੀ ਪੈਣੇ ਹਾਂ ਅਤੇ ਜੁਲਨੇ ਹਾਂ ਬ੍ਰੈਡਫੋਰਡ ਵਾਲੇ ਪਾਸੇ ਜਨਾਬ